ਚੰਡੀਗੜ੍ਹ ਸਮੇਤ ਪੰਜਾਬ ਹਰਿਆਣਾ ਦੇ ਵਿੱਚ ਮੌਸਮ ਵਿਭਾਗ ਦਾ ਅਲਰਟ ਜਾਰੀ ਹੈ। ਹਾਲਾਂਕਿ ਆਉਣ ਵਾਲੇ 2 ਤੋਂ 3 ਦਿਨ ਵੀ ਤੇਜ਼ ਬਰਸਾਤ ਹੋ ਸਕਦੀ ਹੈ। ਜਿਹੜੇ ਘੱਗਰ ਹੈ ਜਾਂ ਪਟਿਆਲਾ ਦੀ ਰਾਹ ਹੈ ਉੱਥੇ ਓਵਰਫਲੋ ਹੋ ਸਕਦਾ, ਇਸ ਕਰਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ। ਅਸੀਂ ਮੌਜੂਦਾ ਘੱਗਰ ਇਹ ਉਹੀ ਥਾਂ ਹੈ ਜਿੱਥੇ ਪਿਛਲੇ ਸਾਲ ਇਹ ਪੁੱਲ ਵੀ ਜਿਹੜਾ ਉਹ ਟੁੱਟ ਗਿਆ ਸੀਗਾ ਕਿ ਕਾਫੀ ਨੁਕਸਾਨ ਜਿਹੜਾ ਹੈ ਉਹ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀਗਾ ਕਿਉਂਕਿ ਨੇੜੇ ਲੱਗਦੇ ਜਿੰਨੇ ਵੀ ਰੈਸੀਡੈਂਸ ਏਰੀਆ ਉਹਨਾਂ ਨੂੰ ਵੀ ਖਾਲੀ ਕਰਾਇਆ ਗਿਆ ਸੀ। ਹਾਲਾਂਕਿ ਇਸ ਵਾਰੀ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਗਏ ਨੇ ਕਿ ਕਾਫੀ ਇੰਤਜ਼ਾਮ ਕੀਤੇ ਗਏ ਨੇ, ਹਾਲਾਂਕਿ ਹਜੇ ਫਿਲਹਾਲ ਓਵਰਫਲੋ ਨਹੀਂ ਹੋਈ ਹੈ ਘੱਗਰ ਇਸ ਪਾਸੇ, ਲੇਕਿਨ ਇੰਤਜ਼ਾਮ ਕੀਤੇ ਹੋਏ ਨੇ। ਇੱਥੇ ਪੂਰਾ ਜਨਰੇਟਰ ਅਤੇ ਪਾਈਪ ਲਾਏ ਹੋਏ ਨੇ, ਜੇਕਰ ਓਵਰਫਲੋ ਹੁੰਦਾ ਜਾਂ ਇਸੇ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ ਤਾਂ ਪੂਰਾ ਇੰਤਜ਼ਾਮ ਜਿਹੜਾ ਹੈ ਉਹ ਪ੍ਰਸ਼ਾਸਨ ਵੱਲੋਂ ਕੀਤਾ ਗਿਆ। ਹਾਲਾਂਕਿ ਹਜੇ ਜਿਹੜੀ ਵੀ ਝੁੱਗੀਆਂ ਨੇ ਹਰ ਵਾਰ ਉਹਨਾਂ ਨੂੰ ਖਾਲੀ ਕਰਾਇਆ ਜਾਂਦਾ ਹੈ, ਉਹਨਾਂ ਨੂੰ ਇੱਥੋਂ ਉਠਾਉਣ ਦੀ ਗੱਲ ਕੀਤੀ ਜਾਂਦੀ, ਲੇਕਿਨ ਇਹ ਹਜੇ ਵੀ ਉੱਥੇ ਹੀ ਮੌਜੂਦ ਹੈ। ਜਿੱਦਾਂ ਹੀ ਓਵਰਫਲੋ ਘੱਗਰ ਹੋਏਗੀ ਉਹਨਾਂ ਨੂੰ ਇੱਥੋਂ ਚੱਕ ਦਿੱਤਾ ਜਾਵੇਗਾ। ਹਾਲਾਂਕਿ ਪੁੱਲ ਨੂੰ ਬਣਾ ਦਿੱਤਾ ਗਿਆ, ਲੇਕਿਨ ਇਤਿਹਾਤਨ ਜੇਕਰ ਕੋਈ ਓਵਰਫਲੋ ਹੁੰਦੀ ਹੈ ਤਾਂ ਨੀਅਰ ਬਾਏ ਦਾ ਜਿੰਨਾ ਵੀ ਜਿਹੜਾ ਰੈਸੀਡੈਂਸ ਏਰੀਆ ਉਸ ਨੂੰ ਖਾਲੀ ਕਰਾ ਦਿੱਤਾ ਜਾਵੇਗਾ। ਹਾਲਾਂਕਿ ਫਿਲਹਾਲ ਜਿਹੜੇ ਘੱਗਰ ਦੀ ਓਵਰਫਲੋ ਨਹੀਂ ਹੈ, ਲੇਕਿਨ ਇੰਤਜ਼ਾਮ ਪੂਰੇ ਕੀਤੇ ਹੋਏ ਨੇ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜੇਕਰ ਓਵਰਫਲੋ ਹੁੰਦੀ ਹੈ, ਅਚਾਨਕ ਤੇਜ਼ ਬਰਸਾਤ ਲਗਾਤਾਰ ਹੁੰਦੀ ਹੈ ਤਾਂ ਉਸਦੇ ਮੱਦੇਨਜ਼ਰ ਕਿਸ ਤਰ੍ਹਾਂ ਦੀ ਚੀਜ਼ਾਂ ਰੱਖਣੀਆਂ, ਕਿਉਂਕਿ ਜੇਕਰ ਉਹ ਓਵਰਫਲੋ ਹੁੰਦੀ ਹੈ ਤਾਂ ਇਹ ਪੂਰਾ ਰੋਡ ਜਿਹੜਾ ਉਹ ਬੰਦ ਕਰ ਦਿੱਤਾ ਜਾਵੇਗਾ। ਕਿਉਂਕਿ ਪਿਛਲੇ ਸਾਲ ਵੀ ਇਹ ਪੁੱਲ ਜਿਹੜਾ ਹੈ ਉਹ ਢਹਿ ਗਿਆ ਸੀਗਾ, ਜਿਸ ਕਰਕੇ ਕਾਫੀ ਨੁਕਸਾਨ ਹੋਇਆ ਸੀਗਾ। ਔਰ ਕਨੈਕਟੀਵਿਟੀ ਜਿਹੜੀ ਹੈ, ਕਿਉਂਕਿ ਪੰਚਕੂਲਾ ਦਾ ਜਿਹੜਾ ਪੰਚਕੂਲਾ ਦਾ ਰਾਮਗੜ੍ਹ ਇਹ ਏਰੀਆ ਪੂਰਾ ਇਸੇ ਤਰ੍ਹਾਂ ਇਸੇ ਥਾਂ ਤੇ ਕਨੈਕਟ ਹੁੰਦਾ, ਇਸ ਕਰਕੇ ਕਾਫੀ ਲੰਬੇ ਸਮੇਂ ਇਹ ਪੂਰਾ ਪੁੱਲ ਜਿਹੜਾ ਹੈ ਉਹ ਬੰਦ ਸੀਗਾ, ਕਨੈਕਟੀਵਿਟੀ ਕਾਫੀ ਟੁੱਟੀ ਹੋਈ ਸੀ। ਹਾਲਾਂਕਿ ਹੁਣ ਪੁੱਲ ਇਹ ਬਣ ਕੇ ਤਿਆਰ ਹੋ ਚੁੱਕਾ, ਔਰ ਜੇਕਰ ਓਵਰਫਲੋ ਹੁੰਦੀ ਹੈ ਘੱਗਰ ਇਸ ਪਾਸੇ ਤੋਂ ਤਾਂ ਫਿਰ ਉਹਦੇ ਕਰਕੇ ਜਿਹੜੇ ਇੰਤਜ਼ਾਮ ਹੈ ਉਹ ਕੀਤੇ ਗਏ ਨੇ। ਨੀਅਰ ਬਾਏ ਦੇ ਜਿਹੜੇ ਏਰੀਆ ਨੇ ਉਹਨਾਂ ਨੂੰ ਵੀ ਅਲਰਟ 'ਤੇ ਰੱਖਿਆ ਗਿਆ, ਕਿਉਂਕਿ ਮੌਸਮ ਵਿਭਾਗ ਨੇ ਜਿਸ ਤਰ੍ਹਾਂ ਦਾ ਅਲਰਟ ਜਾਰੀ ਕੀਤਾ ਗਿਆ ਅਤੇ ਜੇਕਰ ਓਵਰਫਲੋ ਹੁੰਦੀ ਹੈ ਜਾਂ ਅਚਾਨਕ ਤੇਜ਼ ਬਰਸਾਤ ਹੁੰਦੀ ਹੈ, ਪਹਾੜੀ ਏਰੀਆ ਦੇ ਵਿੱਚ ਜੇਕਰ ਲਗਾਤਾਰ ਤੇਜ਼ ਬਰਸਾਤ ਹੁੰਦੀ ਹੈ ਤਾਂ ਇਹ ਸਾਰੇ ਏਰੀਆ ਨੂੰ ਜਿਹੜਾ ਉਹ ਖਾਲੀ ਕਰਾਉਣ ਦੀ ਜਿਹੜੀ ਗੱਲ ਹੈ ਉਹ ਵੀ ਕੀਤੀ ਜਾਵੇਗੀ ਜੇਕਰ ਓਵਰਫਲੋ ਘੱਗਰ ਹੁੰਦੀ ਹੈ। ਹਾਲਾਂਕਿ ਇੱਥੇ ਪੂਰਾ ਇੰਤਜ਼ਾਮ ਕੀਤੇ ਹੋਏ ਨੇ, ਨੀਅਰ ਬਾਏ ਇਹ ਪੰਪ ਜਿਹੜਾ ਹੈ ਪੰਪਿੰਗ ਸਿਸਟਮ ਵੀ ਇੱਥੇ ਪਰਮਾਨੈਂਟ ਲਾਇਆ ਹੋਇਆ, ਜੇਕਰ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਓਵਰਫਲੋ ਦੀ ਤਾਂ ਨਾਲ ਦੇ ਨਾਲ ਹੀ ਇਸ ਨੂੰ ਚਲਾ ਕੇ ਕੋਸ਼ਿਸ਼ ਕੀਤੀ ਜਾਵੇਗੀ ਕਿ ਓਵਰਫਲੋ ਨਾ ਹੋ, ਜੇਕਰ ਓਵਰਫਲੋ ਹੁੰਦੀ ਹੈ ਤਾਂ ਇਹ ਪੁੱਲ ਨੂੰ ਬੰਦ ਕਰ ਦਿੱਤਾ ਜਾਵੇਗਾ। ਹਾਲਾਂਕਿ ਫਿਲਹਾਲ ਓਵਰਫਲੋ ਨਹੀਂ ਹੈ, ਇਸ ਕਰਕੇ ਲੋਕਾਂ ਦੀ ਆਵਾਜਾਈ ਜ਼ਰੂਰ ਹੈ, ਲੇਕਿਨ ਦੂਜੇ ਪਾਸੇ ਜੇਕਰ ਓਵਰਫਲੋ ਹੁੰਦੀ ਹੈ ਤਾਂ ਨਾਲ ਦੇ ਨਾਲ ਵਾਲਾ ਜਿੰਨਾ ਵੀ ਜਿਹੜਾ ਰਿਹਾਇਸ਼ੀ ਏਰੀਆ ਨੀਅਰ ਬਾਏ ਇੱਥੇ ਝੁੱਗੀਆ ਜਾਂ ਹੋਰ ਵੀ ਰੈਸੀਡੈਂਸ ਏਰੀਆ ਜਾਂ ਫਿਰ ਹੋਰ ਵੀ ਪਿਛਲੇ ਵਾਰ ਦੀ ਤਰ੍ਹਾਂ ਸਾਰੀ ਜਿਹੜੀ ਕਨੈਕਟੀਵਿਟੀ ਹੈ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਨੀਅਰ ਬਾਏ ਦਾ ਜਿੰਨਾ ਵੀ ਜਿਹੜਾ ਏਰੀਆ ਹੈ ਉਸ ਨੂੰ ਖਾਲੀ ਕਰਾ ਦਿੱਤਾ ਜਾਵੇਗਾ। ਹਾਲਾਂਕਿ ਫਿਲਹਾਲ ਰਾਹਤ ਦੀ ਗੱਲ ਜ਼ਰੂਰ ਹੈ ਕਿ ਓਵਰਫਲੋ ਜਿਹੜਾ ਨਹੀਂ ਹੈ, ਲੇਕਿਨ ਆਉਣ ਵਾਲੇ ਦਿਨਾਂ 'ਚ ਜਿਸ ਤਰ੍ਹਾਂ ਦੀ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਇਸ ਕਰਕੇ ਕਾਫੀ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਅਲਰਟ ਮੋਡ 'ਤੇ ਹੈ। ਡੇਰਾਬਸੀ ਤੋਂ ਕੈਮਰਾਮੈਨ ਸੰਦੀਪ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18।